स्वागत है किसान वीरो तुहाडा सिद्क डेयरी फार्मिंग दे विच। किसान वीरो अज एक होर वीडियो तुहानू दिखावांगे पिंड बरगाड़ी दे विचों फरीदकोट इहनू जिला पैंदा है ते जिहड़ा तहसील आ उह जैतो है। कोटकपुरे तो बाजाखाना जाना होवे तां रोड दे उत्ते बरगाड़ी कस्बा आउंदा। जिहड़े घर चों वीडियो बना रहे दोस्तों इत्थे बहुत सारे परिवार है जिहड़े पहलां लोहार दा काम करदे सी पिंडां दे विच, पर जिवें जिवें खेतीबाड़ी नाल संबंधित जिहड़े संद आ टूल आ उह बदलदे गए जां उह पुराने किते जिहड़े उह उहनां दा काम करदा गया तां हरेक आपदी रोजी रोटी लई नवें कारोबार जिहड़े उह शुरू कर रहा। ते इत्थे जिहड़े परिवार आ दोस्तो जिन्हां नूं पंजाबी च जां पंजाब च आपां गड्डियां वाले वी कह दिंदे सी, इह सारे वीर मेहनत करदे आ ते हुण कट्टियां झोटियां लै के आउंदे आ। पहलां वी दो तीन घरां चों वीडियो तुहानूं लगातार दिखा रहे हां ते अज इक नवें वीर कोल आपां वीडियो बना रहे हां। काम इह वी पहलां तों कर रहे आ पर वीडियो दे विच पहली वार पशु दिखाऊंगा। दो झोटियां दोस्तो विक्री वालियां, दोवां बारे डिटेल पुछांगे, रेट ते डिटेल वीडियो च होऊ। ਤੁਹਾਨੂੰ ਜਿਹੜੀ ਝੋਟੀ ਕੱਟੀ ਇਹਨਾਂ ਚੋਂ ਪਸੰਦ ਆ ਜੂ ਆ ਕੇ ਤਸੱਲੀ ਨਾਲ ਖਰੀਦੋ। ਆਓ ਬਾਈ ਨਾਲ ਗੱਲਬਾਤ ਕਰਦੇ। ਬਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਨਾਮ ਦੱਸੀ ਬਾਈ? ਬੱਬੀ ਸਿੰਘ ਹੈ ਜੀ। ਠੀਕ ਹੈ ਬੱਬੀ, ਅੱਜ ਆਪਾਂ ਦੋ ਝੋਟੀਆਂ ਦਿਖਾਉਣੀਆਂ। ਪਹਿਲਾਂ ਵੀ ਆਈ ਜਾਂਦੀਆਂ ਕੱਟੀਆਂ ਝੋਟੀਆਂ ਆਪਣੇ ਕੋਲ? ਹਾਂਜੀ ਹਾਂਜੀ ਆਈ ਜਾਂਦੀਆਂ, ਵਿਕੀ ਜਾਂਦੀਆਂ ਜੀ। ਠੀਕ ਹੈ ਜਿਹੜੀ ਸੇਲ ਦਾ ਕੰਮ ਹੈ। ਸਹੀ ਹੈ ਬਾਈ। ਜਿਹੜੀ ਪਹਿਲੇ ਨੰਬਰ ਤੇ ਕੱਟੀ ਬਾਈ ਕਿੰਨੀ ਕੁ ਉਮਰ ਹੈ ਜੀ? ਇਹਦੀ ਵੀਰੇ ਲਗਭਗ 14 ਕੁ ਮਹੀਨੇ ਹੋਊਗੀ। 14 ਮਹੀਨੇ ਉਮਰ ਹੋਊਗੀ। ਹਾਂਜੀ। ਕੀ ਰੇਟ ਰੱਖਿਆ ਇਹਦਾ ਬਾਈ? ਇਹਦਾ ਜੀ 32,000 ਰੁਪਇਆ ਰੱਖਿਆ ਰੇਟ। 32,000 ਖੋਲੀ ਇਹਨੂੰ ਦੱਸੋ। 14 ਕੁ ਮਹੀਨੇ ਵੀਰ ਦੱਸਦਾ ਵੀ ਉਮਰ ਹੈ। ਇਹ ਲਗਭਗ ਉਮਰ ਇਸ ਲਈ ਵੀ ਕਹਿਤਾ ਕਿਉਂਕਿ ਖਰੀਦੀਆਂ ਜੋ ਅਗਲੇ ਨੇ ਦੱਸਤਾ ਉਸ ਹਿਸਾਬ ਤੇ ਉਮਰ ਅੱਗੇ ਦੱਸੀ ਜਾਂਦੀ ਹੈ। ਚੰਗੇ ਕੱਦ ਕਾਠ ਦੀ ਕੱਟੀ, ਬਿਲਕੁਲ ਪਤਲਾ ਤੇ ਕੁੰਡਾ ਸਿੰਘ ਆ, ਤੁਹਾਨੂੰ ਮੈਂ ਨੇੜੇ ਤੋਂ ਦਿਖਾਊਂਗਾ। ਹਜੇ ਸਿੰਘ ਪੂਰਾ ਕੁੰਡਾ ਨਹੀਂ ਹੋਇਆ ਪਰ ਜਿਹੜਾ ਜਿਹੜੇ ਹਿਸਾਬ ਤੇ ਇਹਨੇ ਵਾਲ ਖਾ ਲਿਆ ਜਾਂ ਮੁੜ ਪਿਆ ਤਾਂ ਬਹੁਤ ਕੁੰਡਾ ਸੋਹਣਾ ਕੁੰਡਾ ਸਿੰਘ ਹੋਊਗਾ। ਪਿੱਠਪੁੜਾ ਵੀ ਚੰਗਾ, ਥਣ ਵੀ ਜਿਹੜੇ ਉਹ ਦੱਸੋ ਜਿਵੇਂ 14 ਮਹੀਨੇ ਵੀਰ ਨੇ ਉਮਰ ਦੱਸੀ ਆ ਤੇ ਉਸ ਹਿਸਾਬ ਤੇ ਬੱਚਿਆਂ ਵਾਲੇ ਹਜੇ ਥਣ ਹੈ। ਪਰ ਨਾਲ ਇਹ ਵੀ ਗੱਲ ਹੈ ਵੀ ਇਹ ਉਹਨਾਂ ਝੋਟੀਆਂ 'ਚ ਹੀ ਆਉਣੀ ਹੈ ਜਿਹੜੀ ਦੁੰਦੀਆਂ ਸੂ ਪੈਂਦੀਆਂ। ਸੇਵਾ ਕਰੋਗੇ ਕੱਦ ਕਾਠ ਪੂਰਾ, ਬੋਡੀ ਵੇਟ ਜਦੋਂ ਗੇਨ ਕਰ ਲੂਗੀ ਤਾਂ ਇਹਨੇ ਗੱਭਣ ਹੋ ਜਾਣਾ, ਬਾਕੀ ਸੰਭਾਲਣੀ ਤੁਸੀਂ ਹੈ। ਉਹ ਵੀਰ ਇਹਦੇ ਬਾਰੇ ਜ਼ਿਆਦਾ ਪਰਖ ਕਰ ਸਕਦਾ। ਥਣ ਦੋਸਤੋ ਚਾਰੇ ਇਹਦੇ ਨਿਖੜਵੇਂ ਦਿਸਦੇ ਆ, ਇੱਥੋਂ ਤੁਸੀਂ ਕਲੀਅਰ ਦੇਖ ਸਕਦੇ ਹੋ। ਚਾਰੇ ਥਣ ਬਿਲਕੁਲ ਤੁਹਾਨੂੰ ਜਿਹੜੇ ਉਹ ਬਿੱਥੀ ਦੇ ਦਿਸਣਗੇ, ਸਪੇਸ ਪੂਰੀ ਆ। ਸਿੰਘਾਂ ਦੀ ਮੈਂ ਗੱਲ ਕੀਤੀ ਸੀ ਦੋਸਤੋ ਤਾਂ ਤੁਸੀਂ ਦੇਖ ਲਓ, ਬਿਲਕੁਲ ਪਤਲਾ ਸਿੰਘ ਆ ਅਤੇ ਨਾਲ ਹੀ ਮੋੜਿਆ ਹੋਇਆ। ਸੋ ਸੋਹਣੀ ਝੋਟੀ, ਸੋਹਣੀ ਕੱਟੀ ਪਹਿਲੇ ਨੰਬਰ 'ਤੇ, 32,000 ਇਹਦਾ ਰੇਟ ਹੈ। ਇਦੋਂ ਅੱਗੇ ਇੱਕ ਹੋਰ ਝੋਟੀ ਹੈ ਵੀਰ ਕੋਲ, ਉਹ ਵੀ ਤੁਹਾਨੂੰ ਦਿਖਾਉਣੀ ਹੈ। ਇਹਦੀ ਉਮਰ ਕਿੰਨੀ ਕੁ ਹੈ ਬਾਈ? ਇਹਦੀ ਉਮਰ ਵੀਰੇ 20 ਕੁ ਮਹੀਨੇ ਹੈਗੀ ਆ। 20 ਮਹੀਨੇ ਉਮਰ ਆ, ਠੀਕ ਹੈ। ਇਹਦਾ ਰੇਟ ਕੀ ਰੱਖਿਆ? ਇਹਦਾ ਰੇਟ 33,000 ਰੁਪਇਆ ਰੱਖਿਆ ਜੀ। ਤੋਰੀ ਇਹਨੂੰ ਵੀ, ਇਹਦਾ ਰੇਟ 33,000 ਹੈ ਅਤੇ ਇਹਦੀ ਉਮਰ 20 ਮਹੀਨੇ ਹੈ। ਸਿੰਘ ਇਹਦਾ ਵੀ ਕੁੰਡਾ ਹੈ, ਚੰਗੀ ਜਾਤ ਵਾਲੀ ਕੱਟੀ ਆ ਦੋਸਤੋ ਇਹ ਜਿਹੜੀ ਤੁਹਾਨੂੰ ਮੈਂ 2 ਨੰਬਰ ਤੇ ਦਿਖਾ ਰਿਹਾ। ਇਹਦਾ ਵੀ ਕੱਦ ਕਾਠ ਉਮਰ ਦੇ ਹਿਸਾਬ ਤੇ ਬਹੁਤ ਸੋਹਣਾ, ਚੰਗੇ ਕੱਦ ਕਾਠ ਦੀ ਹੈ। ਮੋੜ ਲਾ ਬਈ, ਇਹਦਾ ਰੇਟ 33,000 ਹੈ। ਬਾਕੀ ਇਹ ਰੇਟ ਫਿਕਸ ਨਹੀਂ ਹੁੰਦੇ, ਇਹਦੇ 'ਚੋਂ ਮਾਣ ਤਾਣ ਹੋ ਜਾਂਦਾ, ਮੌਕੇ 'ਤੇ ਰੇਟ ਕੁਛ ਘੱਟ ਜਾਣਾ ਹੁੰਦਾ। ਪਰ ਜ਼ਰੂਰੀ ਹੈ ਵੀ ਆ ਕੇ ਪਹਿਲਾਂ ਚੀਜ਼ ਦੇਖੀ ਜਾਵੇ ਜਿਹੜੀ ਤੁਸੀਂ ਪਸੰਦ ਕਰਦੇ ਹੋ, ਜਿਹਨੂੰ ਖਰੀਦਣਾ ਚਾਹੁੰਦੇ ਹੋ। ਥਣ ਇਹਦੇ ਵੀ ਚਾਰੇ ਨਿਖੜਵੇਂ ਦਿਸਦੇ ਆ, ਸੋ ਇਹਦੇ ਉੱਤੇ ਜੱਤ ਕਾਫੀ ਹੈ ਪਹਿਲਾਂ ਦੂਜੇ ਨੰਬਰ 'ਤੇ, ਅਤੇ ਇੱਕ ਪਹਿਲੇ ਨੰਬਰ 'ਤੇ ਬਿਲਕੁਲ ਬਰੀਕ ਚਮੜੀ ਦੀ ਕੱਟੀ ਤੁਸੀਂ ਝੋਟੀ ਦੇਖੀ ਹੈ। ਰੇਟ ਦੱਸੋ ਦੋਵਾਂ ਦਾ, ਇੱਕ ਦਾ 32 ਅਤੇ ਦੂਜੀ ਦਾ 33,000, 65,000 ਰੇਟ ਬਣਦਾ ਜੋੜੇ ਦਾ। ਬਾਕੀ ਤੁਸੀਂ ਜਿੰਨਾ ਕੁ ਤੁਹਾਨੂੰ ਜੱਚਦਾ ਉਹ ਲਾ ਕੇ ਦੇਖ ਲਓ। ਧੰਨਵਾਦ ਵੀਡੀਓ ਦੇਖਣ ਲਈ।